ਸ੍ਰੀਕਾਲ ਜੀ ਸਾਰਿਆਂ ਨੂੰ। ਆ ਗਏ ਸੀਗੇ ਜੀ ਮੋਟਰ ਤੇ, ਝੋਨਾ ਦੇਖਣ ਆਏ ਸੀ। ਮੀਂਹ ਵੀ ਪੈ ਰਿਹਾ ਸੀਗਾ ਰਾਤ ਦਾ, ਅੱਜ ਦਿਨੇ ਵੀ ਪਈ ਗਿਆ, ਦੁਪਹਿਰੇ ਹਟਿਆ ਵਾ, ਕਾਫੀ ਮੀਂਹ ਪੈ ਗਿਆ। ਲਾਈਟ ਵੀ ਆਈ ਜਾਂਦੀ ਆ ਮੋਟਰਾਂ ਦੀ ਕਾਫੀ। ਝੋਨਾ ਪੀਲਾ ਜਿਹਾ ਪੈ ਗਿਆ ਸੀਗਾ, ਹੁਣ ਕੁਛ ਠੀਕ ਹੋਇਆ, ਦਵਾਈ ਪਾਈ ਸੀ, ਦਿਖਾਉਂਦੇ ਹਾਂ ਤੁਹਾਨੂੰ ਵੀ ਝੋਨਾ ਹੁਣ ਦਵਾਈ ਨਾਲ ਫਰਕ ਪੈ ਗਿਆ ਕਾਫੀ। ਨਾਲੇ ਦੱਸਾਂਗੇ ਕਿਹੜੀ ਕਿਹੜੀ ਦਵਾਈ ਪਾਈ ਸੀਗੀ ਝੋਨੇ 'ਚ। ਉਹ ਦੇਖਦਾ ਹੋਊ ਤੁਹਾਨੂੰ, ਇੱਧਰ ਖੜਾ ਪਨੀਰੀ ਵਾਲੀ ਰਹਿੰਦੀ ਆ ਜਗ੍ਹਾ, ਇੱਥੇ ਛੱਬੀ ਲਾਉਣਾ ਵਾ, ਉਹ ਤਾਂ ਨਹੀਂ ਬੀਜੀ ਇੱਥੇ, ਚਾਹੀਦੀ ਸੀਗੀ ਆਪਣੇ ਦੋਸਤਾਂ ਨੂੰ, ਫਿਰ ਉਹ ਹੁਣ ਲੈ ਕੇ ਪੱਟ ਕੇ ਜਿੰਨੀ ਕੁ ਚਾਹੀਦੀ ਸੀ, ਹੁਣ ਜਿਹੜੇ ਵਾਹ ਦਿੰਦੇ ਹਾਂ ਬਾਕੀ ਫਿਰ ਇੱਥੇ ਹੁਣ ਝੋਨਾ ਲਵਾ ਦਿੰਦੇ ਹਾਂ। ਚਲੋ ਦਿਖਾਉਂਦੇ ਹਾਂ ਤੁਹਾਨੂੰ ਵੀ ਝੋਨੇ ਦਾ ਕੀ ਹਾਲ ਆ। ਚਲੋ ਦਿਖਾਉਂਦੇ ਹਾਂ ਜੀ ਤੁਹਾਨੂੰ ਝੋਨੇ ਦਾ ਕੀ ਹਾਲ ਆ ਆਪਣੇ, ਦੇਖਦੇ ਹਾਂ ਚੱਲ ਕੇ ਕੀ ਬਣਿਆ ਝੋਨੇ ਦਾ। ਅੱਜ ਮੈਂ ਦੇਖਦਾ ਸੀਗਾ ਯੂਟਿਊਬ ਤੇ ਵੀ ਕਹਿੰਦੇ ਜਿਹੜੀ 110 ਸੁਪਰੀਮ ਨਸਲ ਆ ਨਾ, ਇਹ ਊਂ ਵੀ ਪੀਲਕ ਮਾਰਦੀ ਰਹਿੰਦੀ ਆ, ਥੋੜੀ ਥੋੜੀ ਜਾਂਦੀ ਨੀ ਇਹਦੇ ਚੋਂ, ਆਪਾਂ ਸਮਝ ਲੈਂਦੇ ਹਾਂ ਵੀ ਪੀਲਾ ਹੀ ਪੀਲਾ। ਆਹ ਦੇਖੋ ਫਰਕ ਪੈ ਗਿਆ ਹੁਣ, ਤੁਹਾਨੂੰ ਦਿਖਾਉਂਦਾ ਮੈਂ। ਆ ਰਿਹਾ ਹੁਣ ਅੱਗੇ ਨੂੰ ਬੂਝਾ ਵੀ ਬਣਾ ਗਿਆ, ਤੁਰ ਪਿਆ ਝੋਨਾ ਹੁਣ, ਇਹਦੇ 'ਚ ਦਵਾਈ ਪਾਈ, ਦੇਖਣ ਨੂੰ ਲੱਗਦਾ ਉਹ ਪੀਲਾ ਜਿਹਾ ਪਰ ਹੁਣ ਠੀਕ ਹੋ ਗਿਆ, ਅੱਗੇ ਨੂੰ ਤੁਰ ਪਿਆ ਹੁਣ ਤਾਂ ਝੋਨਾ। 25 ਦਿਨ ਦਾ ਹੋ ਗਿਆ ਦੇਖ ਲਓ, ਪੱਚੀ ਦਿਨਾਂ ਦਾ ਹੋ ਗਿਆ ਇਹ ਡਾਲ, ਫੇਰ ਕਹਿਣ ਲੈਂਦੇ ਆਪਾਂ ਕਿਤੇ ਨਾ ਕਿਤੇ ਕਿੰਨੇ ਬਣ ਗਏ। ਚਲੋ ਫਿਰ ਗਿਣੀਏ ਡਾਲ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ ਸਤਾਰਾਂ ਅਠਾਰਾਂ ਉੱਨੀ ਵੀਹ ਹੋ ਗਏ ਜੀ। ਆਹ ਵੀ ਦੇਖ ਲੈਂਦੇ ਹਾਂ, ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਸੋਲਾਂ, ਸੋਲਾਂ ਤੋਂ ਲੈ ਕੇ ਜਾਣੀ ਕਿ ਵੀਹ ਤੱਕ ਬਣ ਗਏ ਇਹਦੇ ਡਾਲ। ਇਹ ਕਹਿੰਦੇ ਪੀਲਕ ਮਾਰਦਾ ਹੀ ਆ, ਮੈਨੂੰ ਵੀ ਅੱਜ ਹੀ ਪਤਾ ਲੱਗਿਆ ਵੀ ਇਹ ਪੀਲਕ ਮਾਰਦਾ ਰਹਿੰਦਾ ਝੋਨਾ। ਪਹਿਲਾਂ ਮੈਂ ਤਾਂ ਮਾਂਝਾ ਡਰ ਗਿਆ ਸੀ ਵੀ ਇਹ ਕੀ ਹੋ ਗਿਆ ਝੋਨੇ ਨੂੰ, ਪਰ ਹੁਣ ਜਾਣੀ ਕਿ ਫਰਕ ਪੈ ਗਿਆ ਝੋਨੇ ਦਾ, ਕਾਫੀ ਪੈ ਗਿਆ। ਫਿਰ ਉਹਨੇ ਦੱਸਿਆ ਵੀ ਇਹ ਪੀਲਕ ਜੀ ਮਾਰਦੇ ਹੀ ਰਹਿੰਦੀ ਆ ਜਿਹੜੀ ਇਹ ਸੁਪਰੀਮ ਨਸਲ ਆ, ਇਹਦੇ ਨਾਲ ਪੀਲਾਪਣ ਛੱਡਦੀ ਨਹੀਂ, ਇਹ ਪੱਤੇ ਜਿਹੇ ਪੀਲੇ ਹੀ ਰਹਿਣੇ ਆ ਇਹਦੇ। ਹੁਣ ਕਿਤੇ ਕਿਤੇ ਜੰਗਾਲੀਆ ਜਿਹਾ ਪੱਤਾ ਜੈਂਕ ਦੀ, ਇਹਦੇ 'ਤੇ ਹੁਣ ਆਪਾਂ ਕਰਾਤੀ ਸਪਰੇ ਇੱਕ ਜੈਂਕ ਦੀ, ਜਿਹੜੀ ਚਲੇਟੜ ਆਉਂਦੀ ਆ ਇੱਕ ਆਪਾਂ ਕਰਤੀ ਲੋਹੇ ਦੀ ਫੈਰਸ ਸਲਫੇਟ ਦੀ, ਇੱਕ ਰਿਓ 'ਚ ਰਲਾ ਕੇ ਪਾਈ ਆ ਦਵਾਈ, ਉਹ ਤੁਹਾਨੂੰ ਦਿਖਾਉਂਦੇ ਹਾਂ ਲੀਟਰ 5 ਕਿੱਲਿਆਂ 'ਚ ਪੈਂਦਾ। ਆਹ ਕੱਦੂ ਵਾਲਾ ਝੋਨਾ ਆਪਣਾ, ਇਹ ਵੀ ਇਹ ਕੱਦੂ ਵਾਲਾ ਝੋਨਾ ਜੀ, ਦਿਖਦਾ ਉਹ ਮੀਂਹ ਪਿਆ ਹੋਇਆ ਪਾਣੀ ਐਨ ਫੁੱਲ ਆ, ਇੱਧਰੋਂ ਦੇਖੋ ਹੁਣ ਆਹ ਝੋਨਾ ਵੱਟਾਂ ਵਾਲਾ ਦੇਖ ਲਓ, ਪਾਣੀ ਦਾ ਜਾਣੀ ਕਿ ਨਜ਼ਾਰਾ। ਵੱਟਾਂ ਵਾਲੇ ਝੋਨੇ 'ਚ ਹੋਰ ਗੱਲਾਂ ਦੀਆਂ ਗੱਲਾਂ, ਪਾਣੀ ਦੀ ਬੱਚਤ ਹੈਗੀ ਆ ਹੁਣ, ਇਹ 'ਚ ਐਂ ਤਾਂ ਨਹੀਂ ਹੈ ਡਰ ਵੀ ਪਾਣੀ ਸੁੱਕ ਜੂ, ਪਾਣੀ ਵਾਲੀਓਂ ਨਜ਼ਾਰਾ, ਪਾਣੀ ਦੀ ਵਾਲੀ ਲੋੜ ਨਹੀਂ ਪੈਂਦੀ। ਪਰ ਮੈਂ ਦੇਖਿਆ ਲੱਗਿਆ ਬਹੁਤ ਘੱਟ ਆ ਪੰਜਾਬ 'ਚ, ਮੈਂ ਕਾਫੀ ਫਿਰੋਜ਼ਪੁਰ ਤੱਕ ਜਾਇਆ ਇੱਕ ਦਿਨ, ਬਹੁਤ ਘੱਟ ਆ, 100 ਚੋਂ ਇੱਕ ਪਰਸੈਂਟ ਹੀ ਆ ਲੱਗਿਆ ਹੋਇਆ ਬਸ, ਮਸਾਂ ਇੱਕ ਅੱਧਾ ਪਰਸੈਂਟ ਝੋਨਾ ਹੀ ਲਾਇਆ, ਲੋਕਾਂ ਨੇ ਲਾਇਆ ਹੀ ਨਹੀਂ, ਡਰਦੇ ਆ ਅਸਲ 'ਚ ਵੀ ਪਤਾ ਨਹੀਂ ਜੇ ਨਾ ਹੋਇਆ ਤਾਂ ਕੀ ਬਣੂ, ਇਹ ਰਿਸਕ ਲੈਣਾ ਹੀ ਪੈਂਦਾ ਇੱਕ ਅੱਧੀ ਵਾਰ ਤਾਂ, ਪਾਣੀ ਬਚਾਉਣ ਲਈ ਆਪਾਂ ਨੂੰ ਕਰਨਾ ਹੀ ਪੈਣਾ ਕੁਛ ਨਾ ਕੁਛ, ਨਹੀਂ ਤਾਂ ਫਿਰ ਦੇਖ ਲਓ ਇੱਦੂ ਵੀ ਜਾਵਾਂਗੇ ਜੇ ਪਾਣੀ ਨਾ ਰਿਹਾ।
जरूर बीजना चाहिए लोगों रकबा, पता नहीं क्यों नहीं डरते सीधी बिजाई तो हले हैगी घट बीज लोगों ने आए घा घू होने तो डरते पता नहीं की चक्कर आ समझ नहीं आई। आसमान भी नीला नीला होया पिया, चलो तलाब बनया पिया, इना मीह पिया गठ गठ पानी चढ़िया पिया। चल दिखा बस फिर बंद कर देना कद्दू वाले च, उन्हना च कदी और पा लागे, इन्हों च नहीं पाना बस बहुत है, इन्हों फिर बाले रहे उहदा कोई फायदा नहीं है। हरा कचार पिया हुण तां झोना दवाई तीहां दिनां दे विच विच रहे पवा देईदा, उदू बाद च फायदा नहीं। फिर गाहां लंबे टाइम वाले नस्लां पूछा पाछा जां होर वध टाइम वालियां उह तां 40-45 दिन तक भी पाई जांदे आ, 50 तक भी, जिहड़ियां हुण घट टाइम वालियां 110-115 दिन वालियां तां 30 दिनां दे विच विच पा देवे, फिर गोह बचाउण लाए ने गाहां फिर उह सही नहीं रहिंदा कम्म, पहलां पहलां नबेड़ देवे कम्म रहे पा के गोह बचाउण तों 30 दिन हद 35 कर लो, एदू ज़्यादा ना दिन करो रिओ पाउण दे, पहला पहला पा दो रिओ 35 दिनां दे विच विच। यूरिया डाई आ डाई पाया वा, पर कहिंदे वी डाई पाउण नाल फिर जैंक आ जिहड़ी इह कम्म नहीं करदी, जैंक ते डाई आपस च इहनां दा कोई संबंध नहीं, टक्कर आ पूरी, जे डाई वध पाता तां जैंक नहीं चकदा नहीं बूटा, फिर चकण नहीं दिंदा जैंक नूं। आपदी अड्डो अड्डी जाणी कि किस तजर्बे आ, ਕਿਸੇ ਦਾ ਕਿਵੇਂ ਆ ਤਜਰਬਾ ਕਿਸੇ ਦਾ ਕਿਵੇਂ, ਜਿਵੇਂ ਜਿਵੇਂ ਬੰਦਾ ਖੇਤੀ ਕਰੀ ਜਾਂਦਾ ਤਿਵੇਂ ਤਿਵੇਂ ਤਜਰਬਾ ਆਈ ਜਾਂਦਾ ਉਮਰ ਦੇ ਹਿਸਾਬ ਨਾਲ। ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ। ਮਿਲਦੇ ਹਾਂ ਕਿਸੇ ਅਗਲੀ ਵੀਡੀਓ 'ਚ, ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।